ਜ਼ੁਬੇਰ ਅਹਿਮਦ ਦੀਆਂ ਚੋਣਵੀਆਂ ਕਹਾਣੀਆਂ ਸੰਪਾਦਕ ਹੈ ਖਾਲਿਦ ਫਰਹਾਦ ਤਾਰੀਬਾਤ ਪਹਿਲੀ ਕਹਾਣੀ ਸਵੈਟਰ ਮਾਂ ਆਖਦੀਏ ਜਿਸ ਵਰੀ ਅੱਬੀ ਹਸਪਤਾਲ ਡਾਕਟਰਾਂ ਦੀ ਲਾਪਰਵਾਹੀ ਪਰੋਂ ਆਖਿਰ ਸਾਹ ਪੂਰੇ ਕੀਤੇ ਉਸ ਵਰੀ ਉਹਨਾਂ ਇਹ ਸਵੈਟਰ ਉਣਿਆ ਮਾਂ ساری ਉਮਰ ਸੁਣਾਉਂਦੀ ਰਹੀ ਤੇਰੇ ਪਿਓ ਨਾ ਹੀ ਮਰਨਾ ਜੇ ਡਾਕਟਰਾਂ ਪੁੱਠਾ ਟੀਕਾ ਨਾ ਲਾਇਆ ਹੁੰਦਾ ਇਮਾਂ ਮੇਰੀ ਤੇ ਪਿਓ ਐਵੇਂ ਵਿੱਚ ਆ ਗਏ ਨੇ ਅਸਲੋਂ ਸਾਰੀ ਗੱਲ ਸਵੈਟਰ ਦੀ ਏ ਪੋ ਮਾਈ ਪਿਓ ਮੋਇਆ ਤੇ ਉਹ ਤੋਂ ਅਗਦੋਂ ਕੋ 1-2 ਮਹੀਨੇ ਤਾਂ ਮੰਝੀ ਲੱਗਾ ਰਿਹਾ ਹੋਣਾ ਸਿਆਲ ਤਾਂ ਉਸ ਸ਼ੋਦੇ ਪੂਰਾ ਹੰਡਾਇਆ ਹੀ ਨਾ ਸਵੈਟਰ ਉਸਵਾ ਪਾਣਾ ਸੀ ਤੇ ਮਾਂ ਨੇ ਉਸ ਵੇ ਬਹੁਤ ਚਾਵਾਂ ਨਾਲ ਹੱਥੀਂ ਉਹ ਸਵੈਟਰ ਉਣਿਆ ਸੀ ਅਸੀਂ ਨਿੱਕੇ ਸਾਂ ਪਰ ਫਿਰ ਵੀ ਇੱਕ ਦੋ ਗੱਲਾਂ ਚੇਤੇ ਨੇ ਮੁਰ ਜਦੋਂ ਵੀ ਮਾਂ ਪਿਓ ਨੂੰ ਚੇਤੇ ਕਰਨਾ ਇਹ ਹੀ ਆਖਣਾ ਮੈਂ ਕਿੰਨੇ ਚਾਵਾਂ ਨਾਲ ਸਵੈਟਰ ਬੁਣਿਆ ਤੇ ਤੇਰੇ ਅੱ비 ਪਾਇਆ ਹੀ ਨਾ ਬਸ ਇੱਕ ਵਾਰੀ ਪਾਇਆ ਤੇ ਟਾਂਗੇ ਉੱਤੇ ਅਸੀਂ ਬਾਜ਼ਾਰ ਵੀ ਗਏ ਤੇ ਬਾਜ਼ਾਰ ਚੋਂ ਕੱਚੀ ਗਿਰੀ ਖਾਦੀ ਤੇ ਤੁਹਾਡੇ ਲਈ ਫਲਾ ਲੈਣ ਦਾ ਕੱਪੜਾ ਵੀ ਲਿਆ ਸਾਡਾ ਸਭ ਤੋਂ ਨਿੱਕਾ ਚਾਚਾ ਉਦੋਂ ਅਜੇ ਪੜਦਾ ਸੀ ਪਿਓ ਦੇ ਗੁਜ਼ਰਨ ਮਗਰੋਂ ਪਿਓ ਦੇ ਕੁਝ ਕੱਪੜੇ ਮਾਂ ਲੋਕਾਂ ਨੂੰ ਵੰਡ ਦਿੱਤੇ ਕੁਝ ਸੰਭ ਲੈ ਪਈ ਪੁੱਤਰ ਵੱਡੇ ਹੋ ਕੇ ਪਾਣਗੇ ਪਰ ਉਹ ਸਵੈਟਰ ਨਿੱਕਾ ਚਾਚਾ ਲੈ ਗਿਆ। ਅੱਭੀ ਨਾਲ ਉਹਦਾ ਗੂੜ ਵੀ ਬਹੁ ਸੀ। ਹੁਣ ਤਾਂ ਮੇਰੇ ਵੀ ਧੋਲੇ ਆਵਨ ਲੱਗ ਪਏ ਨੇ। ਪਰ ਉਦੋਂ ਛੇਵਾਂ ਘਾਟੀ ਹੁੰਦੀਆਂ ਸੰਨ ਤੇ ਇੱਕ ਇੱਕ ਛੇ ਦੀ ਤਵਾਰੀਕ ਲੋਕਾਂ ਨੂੰ ਚੇਤੇ ਹੁੰਦੀ ਸੀ। ਮੈਨੂੰ ਯਾਦ ਹੈ ਪਿਓ ਦੇ ਗੁਜ਼ਰਨ ਪਿਛੋਂ ਇੱਕ ਹੋਰ ਚਾਚੇ ਦੇ ਘਰੋਂ ਮਾਂ ਕੁਝ ਛੇਵਾਂ ਲੈ ਆਈ ਸੀ। ਜਿਹੜੀਆਂ ਵੰਡ ਦੇ ਵੇਲੇ ਤੋਥੇ ਪਈਆਂ ਸਨ। ਉਹਨਾਂ ਚ ਇੱਕ ਵੱਡੀ ਪਿੱਤਲ ਦੀ ਪਰਾਤ ਇੱਕ ਵੱਡੇ ਪਲੰਗ ਦੇ ਪਾਵੇ। ਬਾਈਆਂ ਤੇ ਸੇਰੂ ਸਨ ਤੇ ਇੱਕ ਵੱਡਾ ਪਿੱਤਲ ਦਾ ਥਾਲ ਤੇ ਦੋ ਬਹੁਤ ਪੁਰਾਣੀਆਂ ਵੱਡੀਆਂ-ਵੱਡੀਆਂ ਕੁਰਸੀਆਂ ਮਾਂ ਨੂੰ ਇੱਕ-ਇੱਕ ਛੈ ਦੀ ਤਵਾਰੀਖ ਯਾਦ ਸੀ ਇਹ ਪਿੱਤਲ ਦੀ ਪ੍ਰਾਤ ਤੇਰਾ ਮਾਮਾ ਡਾਰੀਵਾਲ ਤੋਂ ਲਿਆਇਆ ਸੀ ਇਹ ਵੱਡਾ ਪਲੰਗ ਤੇਰੀ ਮੀਆਂ ਜੀ ਆਪ ਵੇੜੇ ਬਹਿ ਕੇ ਪਿੰਡ ਦੇ ਤਰਖਾਨ ਕੋਲੋਂ ਬਣਵਾਇਆ ਸੀ ਤੇ ਇੰਨਾ ਗੁੜ ਤੇ ਇੰਨੀ ਕਣਕ ਉਹਨੂੰ ਦਿੱਤੀ ਸੀ ਪਲੰਗ ਅਸੀਂ ਲੈ ਤੇ ਆਏ ਪਰ ਉਹਨੂੰ ਡਾਣ ਦੀ ਥਾਂ ਕੋਈ ਨਾ ਇੱਕੋ ਇੱਕ ਤਾਂ ਕਮਰਾ ਸੀ ਰਹਿਣ ਲਈ ਅਖੀਰ ਇੱਕ ਥਾਂ ਫਸ ਫਸਾ ਕੇ ਡਾਈ ਲਿਆ ਤੇ ហេਠਾ ਮਾਂ ਪੁਰਾਣੇ ਟਰੰਕ ਤੇ ਹੋਰ ਛਾਵਾਂ ਤੂਸ ਦਿੱਤੀਆਂ ਤੇ ਅਸੀਂ ਤਿੰਨੋਂ ਪਰਾ ਕਿੰਨੇ ਵਰੇ ਉਸ ਉੱਤੇ ਸੌਂਦੇ ਰਹੇ ਤੇ 2-4 ਮਹੀਨੇ ਆ ਮਗਰੋਂ ਨਵਾਰ ਢਿੱਲੀ ਹੋ ਜਾਣੀ ਤੇ ਥੱਲੇ ਲਟਕਣ ਲੱਗ ਪੈਣੀ ਤੇ ਰਾਤੀ ਅਸੀਂ ਸੌਣਾ ਤੇ ਸੱਜਰੇ ਭੁੰਜਿਓ ਉੱਠਣਾ ਪਰ ਕਹਾਣੀ ਤਾਂ ਸਵੈਟਰ ਦੀ ਏ ਕਿੰਨੇ ਵਰੇ ਮਾਂ ਨੂੰ ਉਹ ਸਵੈਟਰ ਯਾਦ ਰਿਹਾ ਮਾਂ ਨੂੰ ਰੋਜ਼ ਸਵੇਰੇ ਉੱਠ ਕੇ ਰਾਤ ਦੇ ਸੁਪਨੇ ਸੁਣਾਉਣ ਦੀ ਵੀ ਆਦਤ ਏ ਮਾਂ ਆਖਣਾ ਰਾਤੀ ਤੇਰੇ ਅੱਬੀ ਨੂੰ ਮੈਂ ਸੁਪਨੇ 'ਚ ਤੱਕਿਆ ਉਹਨੇ ਚਿੱਟੇ ਲੀੜੇ ਪਾਏ ਸਨ ਤੇ ਮੇਰੇ ਵੱਲ ਤੱਕ ਕੇ ਨਿਮਮ ਨਿਮ ਹੱਸਦੇ ਬੈਠੇ ਸਨ ਸਵੈਟਰ ਉਹਨੋਂ ਉਹ ਪਾਇਆ ਹੋਇਆ ਸੀ ਨਿੱਕਾ ਚਾਚਾ ਮੇਰਾ ਪੜ ਕੇ ਵੱਡਾ ਅਫਸਰ ਲੱਗ ਗਿਆ ਉਹਦਾ ਵਿਆਹ ਹੋਇਆ ਤੇ ਉਹਦੇ ਨਾਲ ਸਾਡਾ ਮੇਲ ਘਟ ਗਿਆ ਪਰ ਬਰਿਛ ਮਾਈ ਉਹਨੇ ਆਣਾ ਜ਼ਰੂਰ ਤੇ ਜਾਣ ਲੱਗਿਆ ਸਾਡੇਆਂ ਸਿਰਾਂ ਤੇ ਹੱਥ ਫੇਰਨਾ ਉੱਬਾ ਸਾਹ ਲੈਣਾ ਤੇ ਚੁੱਪ ਕਰਕੇ ਮਾਂ ਦੇ ਹੱਥ 'ਚ ਕੁਝ ਫੜਾ ਜਾਣਾ ਕਿੰਨੇ ਹੀ ਵਰੇ ਸਾਡੀ ਇਕੱਲੀ ਖੁਸ਼ੀ ਉਸ ਚਾਚੇ ਦਾ ਵਰੀ ਛਮਾਈ ਆਵਣ ਸੀ ਤੇ ਜਦ ਮੈਂ 10ਵੀਂ ਚੰਗੇ ਨੰਬਰਾਂ ਨਾਲ ਪਾਸ ਕੀਤੀ ਤੇ ਨਿੱਕਾ ਚਾਚਾ ਮਿਲਣ ਆਇਆ ਤੇ ਮੇਰੇ ਅੱਗੇ ਪੜਨ ਉੱਤੇ ਜ਼ੋਰ ਪਾਇਆ ਦੂਜੇ ਚਾਚੇ ਕਈ ਵਾਰਿਆਂ ਤੋਂ ਆਖਦੇ ਪਏ ਸਨ ਕਿ ਮੁੰਡਿਆਂ ਨੂੰ ਕੰਮ ਤੇ ਪਾ ਦਿਓ ਤੇ ਜਾਂਦੇ ਜਾਂਦੇ ਮੇਰੀ ਨਿੱਕੀ ਚਾਚੀ ਕੁਝ ਪੁਰਾਣੇ ਕੱਪੜੇ ਦੇ ਗਈ ਜਿਸ ਚ ਮਾਂ ਦਾ ਹੁਣਿਆ ਉਹ ਸਵੈਟਰ ਵੀ ਸੀ ਤੇ ਜਦ ਮੈਂ ਉਹ ਸਵੈਟਰ ਪਾਇਆ ਤਾਂ ਮਾਂ ਚੁੱਪ ਕਰਕੇ ਦੂਜੇ ਕਮਰੇ ਟੁਰ ਗਈ ਸਾਨੂੰ ਮਾਂ ਦੀ ਇਸ ਆਦਤ ਦਾ ਪਤਾ ਸੀ ਬੀਏ ਕਰਨ ਮਗਰੋਂ ਮੇਰੇ ਅੰਦਰ ਜਿਹਾ ਪੰਛੀ ਉੱਡਣ ਲੱਗ ਪਿਆ ਜਿਹਨੂੰ ਮੈਂ ਜਾਣਦਾ ਤਾਂ ਨਹੀਂ ਸੀ ਪਰ ਉਹਦੀ ਉਡਾਰੀ ਪਰਦੇਸ ਵੱਲ ਸੀ ਪਰਦੇਸ ਵੰਜ ਕੇ ਮੈਂ ਕੁਝ ਚਿਰ ਮਗਰੋਂਜ ਦਾ ਹੋ ਗਿਆ ਜਿਵੇਂ ਪੱਖੂ ਰੁਖ ਬਿਨਾ ਜਾਂ ਚਿੜੀ ਮਿੱਟੀ ਬਿਨਾ ਜਾਂਦੇ ਸਾਰੇ ਤੁਹਾਡੇ ਅੱਗੇ ਕੋਈ ਰੋਟੀ ਤਾਂ ਨਹੀਂ ਢਾ ਦਿੰਦਾ ਪਰ ਰੋਟੀ ਬਿਨਾ ਕੰਮ ਕਿੱਥੇ ਪਰ ਜੇ ਕੰਮ ਮਿਲੇ ਤਾਂ ਫੇਰ ਪੈਸੇ ਮੁੱਕੇ ਤਾਂ ਅਸੀਂ ਫੁੱਟਪਾਥ ਉੱਤੇ ਸੀ ਉਤੋਂ ਸਿਆਲ ਲੈਂਦੇ ਦੇ ਦਿਨ ਤੇ ਉਹਨਾਂ ਮੁਲਕਾਂ 'ਚ ਜਿਨੇ ਸਿਆਲ ਡਿਠਾ ਨਹੀਂ ਉਹਨੋਂਸਾਰ ਨਹੀਂ ਅਖੀਰ ਸਟੇਸ਼ਨ ਦੀ ਜ਼ਮੀਨ ਥੱਲੇ ਵੀ ਉਹ ਥਾਂ ਹੀ ਨਿੱਗੀ ਰਹਿ ਜਾਂਦੀ ਏ ਜਿੱਥੋਂ ਮੈਟਰੋ ਰੇਲ ਗੱਡੀਆਂ ਚੱਲਦੀਆਂ ਹਨ ਉੱਥੇ ਵੀ ਬਹੁਤੇ ਉਹ ਜਿਹੜੇ ਆਪਣੇ ਦੇਸ਼ ਦੇ ਪਰਦੇਸੀ ਹਨ ਬੁੱਢੇ दारू ਦੀਆਂ ਮਾਰੀਆਂ ਝੱਲੀਆਂ ਜਨਾਨੀਆਂ ਕਮੋ ਨੱਠੇ ਤੇ ਕਮੋ ਵੰਜੇ ਬੇਕਾਰ ਮੁੰਡੇ ਤੇ ਸਾਡੇ ਅਰਗੇ ਮਾੜੇ ਮੁਲਕਾਂ ਦੇ ਰੰਗ ਰੰਗ ਦੇ ਗੱਬਰੂ ਵਿੱਚ ਵਿੱਚ ਅਧ ਖੜਵੀ ਫਿਰ ਕਈ ਵਾਰੀ ਪੁਲਿਸ ਸਾਨੂੰ ਉੱਥੋਂ ਵੀ ਕੱਢ ਦੇਣਾ ਤੇ ਅਸੀਂ ਠੰਡੀ ਸੀਤ ਵਗਦੀ ਰਾਤ ਵਿੱਚ ਤਾਰਕੋਲ ਦੀ ਸੜਕ ਤੇ ਆਖ ਲੋਣਾ। ਸਵੈਟਰ ਮੈਂ ਉਸ ਵੇਲੇ ਵੀ ਉਹੀ ਪਾਇਆ ਹੁੰਦਾ ਸੀ। ਉੱਤੇ ਇੱਕ ਦੋ ਹੋਰ ਵੀ ਤੇ ਮੁਰ ਉੱਤੇ ਹੀ ਕੋਈ ਮੋਟੀ ਜੈਕਟ ਪਰ ਕਿੱਥੇ ਇਹ ਸਾਡੇ ਦੇਸ਼ ਦਾ ਸਿਆਲਤਾ ਨਹੀਂ ਸੀ। ਸਿਆਲ ਵੀ ਓਬੜ ਤੇ ਚੀਰਵੀਂ ਵਾਹ ਵੀ ਇੱਕ ਦਿਨ ਸਵੇਰੇ ਸਟੇਸ਼ਨ ਤੇ ਜਗਰਾਤਾ ਕੱਟ ਕੇ ਮੈਂ ਪਬਲਿਕ ਟਾਇਲਟ ਤੇ ਮੂੰਹ ਹੱਥ ਧੋਤੇ ਇੱਕ ਖਰਾਤੀ ਗਰਜੀਚ ਵੇਲੇ ਸਰਪੜ ਕੇ ਰੋਟੀ ਲੱਭਣੀ ਸੀ ਤੇ ਜੇ ਜ਼ਰਾ ਵੀ ਖੁੰਝ ਗਏ ਤੇ ਮੇਰੇ ਸਾਰਾ ਦਿਨ ਭੁੱਖਿਆ ਕਾਂਡ ਵਿੱਚ ਗਲੋਂ ਲਾ ਕੇ ਟਾਇਲਟ ਦੀ ਕੰਧ ਤੇ ਟੰਗਿਆ ਸਵੈਟਰ ਭੁੱਲ ਗਿਆ ਤੇ ਰੋਟੀ ਖਾ ਕੇ ਮੈਨੂੰ ਚੇਤਾ ਆਇਆ ਨੱਸਿਆ ਸ਼ੁਕਰੇ ਸਵੈਟਰ ਉਥਾਂ ਹੀ ਕੰਧ ਤੇ ਟੰਗਿਆ ਮੈਨੂੰ ਡੀਕਦਾ ਪਿਆ ਸੀ ਤੇ 2-3 ਘੰਟੇ ਤਾਂ ਲੰਘ ਗਏ ਹੋਸਨ ਜਦ ਕੰਮ ਲੱਭਿਆ ਤਾਂ ਦੇਸ਼ ਦੀਆਂ ਅੱਜ ਬਜਬ ਗੱਲਾਂ ਚੇਤੇ ਆਉਣ ਲੱਗ ਪਈਆਂ ਇੱਕ ਸੁਪਨਾ ਕਈ ਵਾਰ ਆਇਆ ਇੱਕ ਮੂਰਤੀਕਾਰ ਦੀ ਸਟਿਲ ਲਾਈਫ ਵੰਗ ਇੱਕ ਖਾਲੀ ਕਮਰਾ ਇੱਕ ਮੇਜ਼ ਕੁਝ ਖਾਲੀ ਕੁਰਸੀਆਂ ਪਈਆਂ ਹਨ ਮੇਜ਼ ਉੱਤੇ ਕੁਝ ਭਾਂਡੇ ਤੇ ਕੁਝ ਅਧ ਪਚਦੀਆਂ ਖਾਣ ਦੀਆਂ ਛਾਵਾਂ ਵੀ ਪਰ ਕੁਰਸੀਆਂ ਉੱਤੇ ਕੋਈ ਜੀ ਨਹੀਂ ਬੈਠਾ ਇੰਜ ਲੱਗਦਾ ਜਿਵੇਂ ਹੁਣੇ-ਹੁਣੇ ਕੋਈ ਇੱਥੋਂ ਉੱਠ ਕੇ ਤੁਰ ਗਿਆ ਤੇ ਮੈਂ ਉੱਥੇ ਆਪਣਣ ਦੀ ਕਰਨਾ ਵਾਂ ਪਰ ਮੈਥੋਂ ਆਪਣਿਆ ਨਹੀਂ ਜਾਂਦਾ ਮੈਨੂੰ ਡਾਢੀ ਭੁੱਖ ਲੱਗੀ ਏ ਤੇ ਮੈਂ ਰੱਜ ਖਾਣਾ ਚਾਹਨਾ ਪਰ ਮੈਥੋਂ ਰੱਜ ਖਾਣ ਨਹੀਂ ਹੁੰਦਾ ਮੈਨੂੰ ਸਾਰ ਨਹੀਂ ਪਈ ਮੈਥੂ ਆਪਣੇ ਜੀਆਂ ਤੋਂ ਬਿਨਾ ਕੋਈ ਰੱਜ ਖਾਵਣ ਨਹੀਂ ਹੋਣਾ ਕਈ ਗੱਲਾਂ ਚੇਤੇ ਆਣੀਆਂ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਂ ਜਾਨੀਆਂ ਮਾਲ ਰੋਡ ਲੋਹਾਰ ਦੇ ਪੁਰਾਣੇ ਰੁੱਖਾਂ 'ਚ ਰਹਿਣ ਵਾਲੀ ਬਾ ਫੀਜ ਦੇ ਹੋਟਲ ਦੇ ਖਾਲੀ ਬੋਤਲਾਂ ਦੇ ਕਰੀਟ ਜਿਨ੍ਹਾਂ ਉੱਤੇ ਬਹਿ ਕੇ ਅਸੀਂ ਚਾਹ ਪੀਂਦੇ ਸੀ ਮੀ ਮਗਰੋਂ ਕ੍ਰਿਸ਼ਨਗਰ ਦੀਆਂ ਰਾਤ ਦੀਆਂ ਸੁੰਨੀਆਂ ਗਲੀਆਂ 'ਚ ਖਲੋਤਾ ਵਾਰ ਨਾਲ ਸੱਪ ਵਾਂਗ ਲਹਿਰਾ ਪਾਣੀ ਉਦਾਸ ਸਟਰੀਟ ਲਾਈਟ ਦੇ ਬਲਬ ਦੇ ਚੁੱਪ ਘਰਾਂ ਚੋਂ ਆਉਂਦੀ ਨਿਮੀ ਨਿਮੀ ਲੋ ਇੱਕ ਡੇਢ ਵਰੀ ਮਗਰੋਂ ਮੈਂ ਰੂਵਾਂ ਵੰਜਿਆ ਤੇ ਪਾਲੇ ਮਾਰਿਆ ਦੇਸ਼ ਪਰਤਾ ਆ ਗਲ ਮੇਰੇ ਉਹ ਸਵੈਟਰ ਸੀ ਤੇ ਮਾਂ ਆਖਿਆ ਤੂੰ ਤਾਂ ਜਿਵੇਂ ਦਾ ਗੈਸ ਹੈ ਉੰਜੇ ਪਰਤਾ ਹੈ ਅਖੀਰ ਹੱਥ ਪੈਰ ਮਾਰ ਮੈਂ ਪੜ੍ਹਾਈ ਪੂਰੀ ਕੀਤੀ ਤੇ ਦਾਲ ਰੋਟੀ ਲੱਭਣ ਲੱਗ ਪਈ ਵੇਲੇ ਨਾਲ ਰੋਟੀ ਨਾਲ ਹੋਰ ਵੀ ਵਧਾ ਗਿਆ ਤੇ ਪਿੱਛੇ ਮਾਂ ਦੀ ਇੱਕ ਨੇੜੇ ਦੀ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆਈ ਤੋ ਦੂਜੇ ਸ਼ਹਿਰ ਹੁੰਦੀ ਸੀ ਤੇ ਖਾਵੰਦ ਉਹਦਾ ਪਿੱਛੇ ਜੇ ਰਿਟਾਇਰ ਹੋਇਆ ਸੀ ਤੇ ਮਾਂ ਉਹਦੇ ਜਾਵਨ ਮਗਰਵਾਖਿਆ ਉਹ ਤੈਨੂੰ ਮਿਲਣ ਆਈ ਸੀ ਆਪਣੇ ਵੱਡੇ ਮੁੰਡੇ ਦੀ ਨੌਕਰੀ ਲਈ ਚੰਗੇ ਭਲੇ ਸਾਨੋ ਪਰ ਜਦਦਾ ਉਹਦਾ ਖਾਵੰਦ ਰਿਟਾਇਰ ਹੋਇਆ ਤੇ ਅਚਨਚੇਤ ਪਤਾ ਚੱਲਿਆ ਵੀ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਤੇ ਮਸਾਂ ਸਿਰ ਤੇ ਛੱਤ ਦੀ ਪੂਰੀ ਹੋਈ ਤੇ ਮਾਂ ਮੇਰੀ ਨਾਲ ਉਹ ਚੁੱਪਚੀਪੀ ਤੇ ਗੱਲਾਂ ਗੱਲਾਂ ਕਰਦੀ ਰਹੀ ਅੱਖਾਂ ਤੋਂ ਉਹਦੀ ਮੈਂ ਸਦਾ ਉਦਾਸ ਹੀ ਡਿੱਟੀਆਂ ਜਾਵਣ ਲੱਗਿਆ ਲੱਗਿਆ ਮਾਂ ਉਹਨ ਕੁਝ ਪੁਰਾਣੇ ਕੱਪੜੇ ਦਿੱਤੇ ਤੇ ਉਹਨਾਂ ਵਿੱਚ ਉਹ ਸਵੈਟਰ ਵੀ ਸੀ ਪਰ ਹੁਣ ਉਹ ਬਹੁ ਹੰਡ ਗਿਆ ਸੀ ਖੋਰੇ ਪਾਣ ਯੋਗ ਵੀ ਹੈ ਸੀ ਕਿ ਨਹੀਂ ਤੇ ਵਿੱਚੋਂ ਉਹਨ ਲਟਕੇ ਪਈ ਤੇ ਮੋਢੇ ਬਹੁ ਖੁੱਲੇ ਹੋ ਗਏ ਸਨ ਅਜੀਬ ਤਰ੍ਹਾਂ ਦਾ ਬੇ ਟੰਗਾ ਜਿਹਾ ਲੱਗਦਾ ਸੀ ਮੈਂ ਆਖਿਆ ਮਾਂ ਪੁਰਾਣੀ ਚੈ ਵੀ ਚੱਜਦੀ ਹੋਣੀ ਚਾਹੀਦੀ ਹੈ ਕੋਈ ਇਹਨੂੰ ਕਿੰਜ ਪਾ ਸਕਦਾ ਪਰ ਉਸ ਜ਼ਮੀਨ ਉੱਪਰ ਉਸ ਜਨਾਨੀ ਚਾਟੋ ਸਵੈਟਰ ਦੂਜੀਆਂ ਕੱਪੜਿਆਂ ਵਿੱਚੋਂ ਇਹ ਆਖ ਕੇ ਸਾਂਭ ਲਿਆ ਕਮੀਜ਼ ਹੀਠੋਂ ਪਾਇਆ ਤਾਂ ਪਾਇਆ ਹੀ ਜਾ ਸਕਦਾ ਹੈ ਨਾਲੇ ਹੱਥੀ ਬਣਾਏ ਸਵੈਟਰਾਂ ਦਾ ਤਾਂ ਨਿੱਗੀ ਬਹੁਤ ਧੰਨਵਾਦ